ਸਭ ਨੂੰ ਜੈਮ ਸੀ ਦੀ ਜੈਮ ਸੀ ਦੀ ਅਤੇ ਆਪਾਂ ਇਕਬਾਲ ਜੀ ਆਪਾਂ ਜੀ ਜੀ ਆਪਣਾ ਕਰ ਰਹੇ ਹੈਗੇ ਹਾਂ 1000 ਸਾਲਾ ਬਾਦਸ਼ਾਹੀ ਮਿਲੇਨੀਅਮ ਦੇ ਬਾਰੇ ਬਹੁਤ ਕੁਝ ਸਿੱਖ ਰਹੇ ਹਾਂ। ਬੋਰੀਆਂ ਚੀਜ਼ਾਂ ਰੱਬ ਨੇ ਸਾਰਾ ਕੁਝ ਪਰਮੇਸ਼ਰ ਨੇ ਡਿਟੇਲ ਦੇ ਵਿੱਚ ਗੱਲਾਂ ਦੱਸਿਆ ਕੀ ਦੱਸੀਆਂ ਹੋਣਾ ਕੀ ਹੋਣਾ ਕਿਸ ਤਰ੍ਹਾਂ ਹੋਣਾ ਸਾਰਾ ਬੰਦੋਬਸਤ ਕੀ ਸਾਰਾ ਹੋਣਾ। ਹਾਂਜੀ ਇਹ ਅਤੇ ਹਜ਼ਾਰਾਂ ਸਾਲ ਪਹਿਲੇ ਹਾਂਜੀ 1000 ਸਾਲ ਜੀ ਪਹਿਲਾਂ ਲਿਖਿਆ ਦੱਸਿਆ ਤੇ ਉਹ ਹੀ ਹੋਣਾ ਹਾਂ। ਜੀ ਅਤੇ ਰੱਬ ਨੂੰ ਸਾਰਾ ਕੁਛ ਰੱਬ ਦੇ ਅੱਗੇ ਤਾਂ ਜੀ ਪਾਸਟ ਜੋ ਬੀਤ ਗਿਆ ਅੱਜ ਦਾ ਸਮਾਂ ਅਤੇ ਆਉਣ ਵਾਲਾ ਸਮਾਂ ਰੱਬ ਲਈ ਤਾਂ ਸਾਰਾ ਕੁਛ ਇੱਕੋ ਹੀ ਆ, ਉਸ ਦੇ ਲਈ ਕੋਈ ਫਰਕ ਨਹੀਂ ਹੈ। ਕਿਆ ਬਾਤ ਹਾਂਜੀ ਅਤੇ ਉਹਨੇ ਸਾਰਾ ਕੁਛ ਪਹਿਲਾਂ ਦੱਸਿਆ ਹੈ ਅਤੇ ਪ੍ਰਕਾਸ਼ ਦੀ ਪੋਥੀ ਦਾ ਇਹ ਮਤਲਬ ਹੈ ਹਾਂਜੀ ਐਪੋਕਲਿਪਸਿਸ, ਹਾਂ ਯਾਨੀ ਉਹ ਚੀਜ਼ਾਂ ਜਿਹੜੀਆਂ ਪਹਿਲੇ ਤੋਂ ਮੌਜੂਦ ਨੇ ਅਤੇ ਟਕੀਆਂ ਦੀਆਂ ਸਨ, ਉਹਨਾਂ ਨੂੰ ਅਨਵੇਲ ਕਰਨਾ, ਨੰਗਿਆਂ ਕਰਨਾ, ਉਹ ਇਹ ਸਾਰਾ ਕੁਛ ਵੇਖ ਸਭ ਕੁਛ ਵੇਖ ਸਕਣ ਅਤੇ ਆ ਜੇ ਉਹ ਸਾਰੀਆਂ ਗੱਲਾਂ ਦੇਖੋ 66 ਕਿਤਾਬਾਂ ਨੇ ਪਰ ਇੰਨੀ ਨੌਲੇਜ ਹੈ ਕਿ ਇਸ ਲਈ ਇਹ ਡਿਵਾਈਨ ਜਾਂ ਇਹਨੂੰ ਕੀ ਕਹਿੰਦੇ ਨੇ ਸਵਰਗੀ ਗਿਆਨ ਨਾਲ ਭਰੀਆਂ। ਸੋ ਆਪਾਂ ਪਿੱਛੇ ਦੇਖਿਆ ਸੀ ਯੂਨੀਵਰਸਲ ਰਿਲੀਜਨ ਜਾਂ ਇੱਕ ਪੂਰਾ ਧਰਮ ਇਹ ਹੋਏਗਾ ਅਤੇ ਬੜਾ ਅੱਛਾ ਹੈ ਤੁਸੀਂ ਵਿੱਚ ਛੋਟੇ ਛੋਟੇ ਸਵਾਲ ਕਰ ਦਿੰਦੇ ਹੋ। ਹਾਂਜੀ ਬਾਕੀ ਮੈਂ ਥੋੜ੍ਹਾ ਜਿਹਾ ਕਹਿਣਾ ਇਹ ਗੱਲਾਂ ਆਪਾਂ ਜੀ ਪੜ੍ਹੀਆਂ ਬਹੁਤ ਵਾਰੀ ਪਰ ਇਹ ਉਹਦੇ ਉੱਪਰੋਂ ਤੀ ਲੰਘੀਆਂ ਨਹੀਂ ਆ। ਹਾਂ ਅਤੇ ਪਰਮੇਸ਼ੁਰ ਤੋਂ ਮੰਗੀਏ, ਪਵਿੱਤਰ ਆਤਮਾ ਤੋਂ ਮੰਗੀਏ, ਇਹ ਗੱਲਾਂ ਬੜੀਆਂ ਕੀਮਤੀ ਹੈ, ਗੱਲ ਕਰ ਰਿਹਾ ਹੈਗਾ ਸਾਨੂੰ ਸਮਝ ਦੇਵੇ, ਪਵਿੱਤਰ ਆਤਮਾ ਦੁਆਰਾ ਹੀ ਲਿਖੀਆਂ ਗਈਆਂ ਆ ਔਰ ਉਹ ਤੋਂ ਮੰਗੇ ਇਹ ਭੇਦ ਖੋਲ੍ਹੇ, ਬੜੇ ਭੇਦ ਖੋਲ੍ਹਦੇ ਆ ਪਰਮੇਸ਼ੁਰ ਦਾ ਸ਼ੁਕਰ। ਇਸ ਲਈ ਬਾਈਬਲ ਜਦੋਂ ਪੜ੍ਹਨੀ ਚਾਹੀਦੀ ਹੈ ਉਹਨੂੰ ਅਨਫੋਲਡ ਕਰਨਾ ਚਾਹੀਦਾ, ਉਹਦੀ ਐਕਸਪਲੇਨੇਸ਼ਨ ਤੇ ਜਾਣਾ ਚਾਹੀਦਾ। ਚਲੋ ਫਿਰ ਇੱਕ ਵਰਸ ਪੜ੍ਹ ਦਿਓ ਤੁਸੀਂ ਹਾਂਜੀ ਪਲੀਜ਼, ਸਾਮਜ 119 ਦੀ 130 ਆਏ, ਸਾਮਜ 119 ਵਰਸ 130। ਹਾਂਜੀ ਇਹ ਇਸ ਲਈ ਜਿਹੜੀ ਦੁਆ ਅਸੀਂ ਹੁਣ ਕਰ ਰਹੇ ਹਾਂ ਇਹ ਹੀ ਕਰ ਰਹੇ ਹਾਂ ਜਿਹੜੀ ਤੁਸੀਂ ਬੋਲੀਏ ਔਰ ਉਹ ਬਚਨ ਵਿੱਚ ਦੱਸ ਰਹੇ। ਹਾਲੇਲੂਯਾ ਪ੍ਰੇਜ਼ ਦਾ ਨਾਮ ਜੀ। ਲਓ ਜੀ ਆਪਾਂ ਪੜ੍ਹਦੇ ਹੈਗੇ ਹਾਂ ਸਾਮ ਸਜਬੂਰ ਭਜਨ 119 ਦੀ 130। ਜ਼ੋਰ ਕਿਤੇ ਦੇਵੇ, ਖਾਲੀ ਪੜ੍ਹਨਾ ਨਹੀਂ, ਇਹ ਕਈ ਵਾਰੀ ਪੜ੍ਹਿਆ ਇਹਨੂੰ ਅਸੀਂ ਕਿੱਥੇ ਜੋੜਿਆ ਅਲੱਗ ਅਲੱਗ, ਪਤਾ ਨਹੀਂ ਮੈਂ ਤਾਂ ਕਿਧਰੇ ਹੋਰ ਜੋੜਦਾ ਰਿਹਾ, ਹੁਣ ਜਦੋਂ ਵਿੱਚ ਰੂਹਾਨੀ ਐਨਕਾਂ ਲਾ ਕੇ ਦੇਖ ਰਹੇ ਹਾਂ ਤਾਂ ਪਤਾ ਲੱਗ ਰਿਹਾ ਇਹ ਕੀ ਕਹਿ ਰਿਹਾ ਰੱਬ। ਸੋ ਇਸ ਲਈ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਇਹ ਵਰਸ ਦੇ ਮੁਤਾਬਿਕ ਚਲੋ, ਭਾਵੇਂ ਦੋ ਹੀ ਵਰਸਿਸ ਪੜ੍ਹੋ ਪਰ ਉਹਨੂੰ ਵੇਖੋ ਕਿ ਕੀ ਕਹਿਣ ਡਿਆ ਰੱਬ ਜੀ ਪਲੀਜ਼। ਬਿਲਕੁਲ ਜੀ, ਇਹਦੇ ਵਿੱਚ ਲਿਖਿਆ ਹੈ ਥੋੜ੍ਹਾ ਜਿਹਾ ਤੁਸੀਂ ਵੀ ਐਕਸਪਲੇਨ ਕਰ ਦੇਣਾ ਜੀ ਜੀ। ਜ਼ਬੂਰ 119 ਦੀ 130 ਵਿੱਚ ਲਿਖਿਆ ਹਾਂਜੀ ਜੀ, ਉਹ 'ਚ ਲਿਖਿਆ ਤੇਰੇ ਵਚਨ ਦੇ ਖੋਲ੍ਹਣ ਤੋਂ ਲੋ ਮਿਲਦੀ ਹੈ। ਹਾਂਜੀ ਤੇਰੇ ਵਚਨ ਦੇ ਖੋਲ੍ਹਣ ਤੋਂ ਲੋ ਮਿਲਦੀ ਹੈ। ਤੇ ਫਿਰ ਕੀ ਹੁੰਦਾ, ਤੇ ਜੇ ਬੱਚਾ ਨਹੀਂ ਖੋਲਦਾ ਤਾਂ ਉਹਦੇ ਉੱਪਰ ਜੀ ਲੰਘ ਜਾਂਦਾ, ਰੂਹਾਨੀ ਤੋੜ ਤੇ ਅਸੀਂ ਫਿਰ ਲੋ ਨਹੀਂ ਮਿਲਦੀ, ਫਿਰ ਸਮਝ ਨਹੀਂ ਲੱਗ ਗਿਆ। ਹਾਂਜੀ ਤੇ ਫਿਰ ਕੀ ਹੁੰਦਾ ਸਰ, ਹਾਂਜੀ ਜਦੋਂ ਲੋ ਮਿਲਦੀ ਇਹ ਸਧਾਰਨ ਬੁੱਧੀ ਵਾਲੇ ਨੂੰ ਬੁੱਧੀਮਾਨ ਬਣਾਉਂਦੀ ਹੈ। ਯਾਨੀ ਮੇਰੇ ਜੇ ਬੰਦੇ ਨੂੰ ਪਤਾ ਹੀ ਕੋਈ ਨਹੀਂ ਤੇ ਐਵੇਂ ਜੋੜੀ ਫਿਰਾਂਗਾ, ਉਹ ਯਾਰ ਚਲੋ ਲਿਖਿਆ ਤੇਰੇ ਕੀ, ਯਾਨੀ ਮੂਰਖ ਨੂੰ ਅਕਲ ਬਣਾਉਣਾ ਕੀ ਵਚਨ ਦਾ ਖੁੱਲਣਾ, ਰਹਿਮਾਂ 'ਚ ਖੁੱਲਣਾ, ਲਾਗੋਸ 'ਚ ਨਹੀਂ, ਲਾਗੋਸ ਤੇ ਇਨਫੋਰਮੇਸ਼ਨ ਜੀ ਸੋਰੀ। ਹਾਲੇਲੂਯਾ, ਇਹ ਵਰਸ ਅੰਗਰੇਜ਼ੀ 'ਚ ਬੋਲਦੇ ਹੋ ਕਿਹੜੀ ਜੀ ਜਿਹੜੀ ਪੜ੍ਹੀ ਜੇ? ਓਕੇ ਜੀ 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 ਹਾਂ ਪੜ੍ਹਦੇ ਨੇ ਹੈਗੀ ਨਹੀਂ ਬੋਲ ਦਿਓ ਇਹ ਸਾਮਸ ਜ਼ਬੂਰ 119 ਦਿਲਾਂ ਦੇ ਵਿੱਚ ਰੱਖ ਕੇ ਬਾਈਬਲ ਨੂੰ ਪੜ੍ਹਨਾ ਚਾਹੀਦਾ, ਰਿਕੁਐਸਟ ਹੈਗੀ ਹੈ ਕਿਉਂਕਿ ਅਸੀਂ ਤੇ ਸਾਦਾ ਮੀਨਸ ਜਿਹਨੂੰ ਪਤਾ ਹੀ ਕੋਈ ਨਹੀਂ ਉਹਨਾਂ ਨੂੰ ਅਕਲਮੰਦ ਬਣਾ ਦਿੰਦਾ। ਇਹ 'ਚ ਲਿਖਿਆ ਜੀ ਸਾਮਸ 119 ਵਰਸ 130 ਲਿਖਿਆ ਹੈ ਦ ਐਂਟਰੈਂਸ ਆਫ ਯੋਰ ਵਰਡ ਗਿਵਸ ਲਾਈਟ ਇਟ ਗਿਵਸ ਅੰਡਰਸਟੈਂਡਿੰਗ ਟੂ ਦ ਸਿੰਪਲ। ਸਿੰਪਲ ਦਾ ਮਤਲਬ ਇਹ ਨਹੀਂ ਕਿ ਬੜਾ ਅੱਛਾ ਬੰਦਾ, ਬੜਾ ਸਾਦਾ ਉਹ ਹੈ ਜਿਹਨੂੰ ਪਤਾ ਹੀ ਨਹੀਂ ਵਚਨ ਕੀ ਹੈ, ਜਿਹਨੂੰ ਪਤਾ ਹੀ ਨਹੀਂ ਇਹਦੇ ਵਿੱਚ ਕੀ ਲਿਖਿਆ ਹੈ, ਸੋ ਉਹਨਾਂ ਨੂੰ ਅਕਲਮੰਦ ਬਣਾਉਂਦੀ ਹੈ।
उन लफ्ज़ दे कहने सादा जा बंदा है, लेकिन बाइबल एदा मायनी होर दे रही है कि इनू पता ही कोई नहीं ते उनू अकलमंद बना दी। जी सॉरी सर, लास्ट स्टडी दे वेच की करिए गल्लां ही बड़ियां ने। लास्ट स्टडी दे वेच सर असी यूनिवर्सल रिलीजन दे बारे देखिया कि हज़ार साल बादशाही च मेरे ख्याल 14-15 पॉइंट निकल गए हैं। तो एक होर होएगा कि परमेश्वर दा पिता, परमेश्वर दा तेज या खुदा दा जलाल मुसलसल जाहिर होएगा होएगा। मतलब देखो जी ये जलाल मुसलसल मतलब लगातार लगातार नॉन स्टॉप कंटिन्यूस रहेगा। देखो ये किंज होएगा, ये बदल दी सूरत उत्ते ये जदों यसु मसीह ये तुहानू पता है ना कि आर्मागेडन दे विच भी वो फिर हैकल जिहड़ी एंटी क्राइस्ट ने होर कंट्रीज नू कह के मुस्लिम्स कंट्री नू कह के बनवाई मतलब इजाजत दिलवाई वो भी टुट जानी है। तो फिर यसु ने जदों हैकल बनाएगा ये उदा तेज जलाल शकैना इनू कहंदे ने एक बदल उस टैंपल उत्ते रहेगा जिंज रहेगा। अच्छा ये इन सी कि जदों वो गुलामी च गए ना यहूदी कौम ते हैकल जान तो पहले है उसी जड़ी वो डैनियल ने कहा 70th नहीं 70 साल की गुलामी हाँ हाँ उस तो पहले ये जड़ी जड़ा तेज हैगा जलाल जड़ा है, ग्लोरी जड़ी सी ओ नूर हैकल तो नूर उठ गया सी। कितने लिखा है हिजकीएल 11 दी 22 तो 25 इजकीएल चैप्टर 11 वर्स 22 तो 25 ये दोबारा आ जाएगा हजार साल बादशाही दे वेच जदों के सारे यहूदी यीशु अगे उदे अंडर या उदे अधीन हो जाएंगे या उन्हों की कह लो उदे ताबे हो जाएंगे फ्यूचर टेंपल है जड़ा यीशु ने बनाना है ठीक है। सो ये जलाल उठ गया सी ये दोबारा उन्नी देर तक नहीं आना जिन्नी देर तक सारे यहूदी यीशु अगे मत्था ना टेकन और फिर ये हैकल बनेगी तो ये जड़ा जलाल हमेशा फिर उत्थे रहेगा। क्या बात है ठीक है। हवाले लिख लो अजाया जसाया 4:4 तो ये बड़े हुण टाइम नहीं साढ़े को नहीं तो पढ़िया जाए तो कितना मजा आता है। एक हवाला तुसीं पढ़िया सी अजाया चैप्टर 4:4-6 ते इजकीएल चैप्टर 43:3-5 इजकीएल चैप्टर 43:3-5 ते ये जड़े है ना ये एक हवाला होर के जदों प्रभु यीशु मसीह अपने तेज दे लई ये बनाएगा क्योंकि वो बादशाह होएगा ये जकरिया 6:11-13 ये प्लीज पढ़ दो 6:11-13 सो कंडीशन की होएगी ये जलाल उन्नी देर तक नहीं आना जिन्नी देर तक बाकी ज्यूज यीशु नू अपना मुक्तिदाता ग्रहण नहीं करनगे और प्लस के ओ यीशु ओ हैकल बना देगा फिर बदल जड़ा शकैना या इनू के कह लो जलाल है उत्थे बदल दी सूरत च कायम रहेगा। जड़ा हैगा सी जड़ा आपां देख लिया सी हिजकीएल 11:22-25 दे वेच उथे उठ गया सी ते पहाड़ ते चला गया सी ठीक है। अपा हुण पढ़ना हैगा जी जकरिया 6:11-13 ना जी हालेलुया जकरिया 6:11-13 दे वेच लिखिया है इन्हां सब तो मिली चांदी ते सोने दा ठीक है हाँ जी इन्हां सब तो मिली सोने ते चांदी दा इक ताज बना के महापुरोहित यशुआ यहोशुदा दा पुत्र दे सिर ते रख ते नाले कुछ पैगाम भी दे अते उसनू ए कह
ਸ਼ਾਖ ਨਾ ਤਾਂ ਮਨੁੱਖ ਜਿੱਥੇ ਉਹ ਹੈ ਵਧੇ ਫੁੱਲੇ ਗਿਆ ਅਤੇ ਪ੍ਰਭੂ ਦੇ ਮੰਦਰ ਨੂੰ ਦੁਬਾਰਾ ਬਣਾਵੇਗਾ। ਇਹ ਯਿਸੂ ਮਸੀਹ ਦੀ ਗੱਲ ਹੋ ਰਹੀ ਹੈ। ਹਾਂ, ਸੋ ਉਸ ਸੋ ਇਹ ਹੀ ਮਨੁੱਖ ਮੰਦਰ ਨੂੰ ਉਸਾਰੇਗਾ ਅਤੇ ਰਾਜਿਆਂ ਵਾਲਾ ਆਦਰ ਪ੍ਰਾਪਤ ਕਰੇਗਾ। ਉਹ ਆਪਣੇ ਲੋਕਾਂ ਉੱਤੇ ਰਾਜ ਕਰੇਗਾ। ਪੁਰੋਹਿਤ ਉਸਦੇ ਸਿੰਘਾਸਣ ਦੇ ਇੱਕ ਪਾਸੇ ਖੜ੍ਹੇ ਹੋਣਗੇ ਅਤੇ ਉਹ ਦੋਵੇਂ ਮਿਲ ਕੇ ਕੰਮ ਕਰਨਗੇ। ਹਾਂਜੀ ਹਾਂਜੀ, ਠੀਕ ਹੈ। ਪੁਰੋਹਿਤ ਜਿਹੜੇ ਆ ਇੱਕ ਹੋਣ ਨੇ ਪ੍ਰੀਸ ਸਾਰੇ ਹੀ। ਮਿਸਾਲ ਦੇ ਤੌਰ 'ਤੇ ਪ੍ਰਕਾਸ਼ ਦੀ ਪੋਥੀ ਦ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 1:6 ਅਤੇ ਅੱਗੇ 5:10 ਦੇ ਵਿੱਚ, ਜ਼ਰਾ ਇੱਕ ਮਿੰਟ ਮੈਨੂੰ ਕਨਫਰਮ ਕਰ ਰਹੇ ਦਿਓ ਜੀ, 5:10 ਵਿੱਚ ਇਹ ਜਿਹੜੇ ਯਿਸੂ ਨੂੰ ਅੱਜ ਵੀ ਮੁਕਤੀਦਾਤਾ ਗ੍ਰਹਿਣ ਕਰਦੇ ਨੇ ਉਹਨਾਂ ਨੂੰ ਵੀ ਉਹ ਪ੍ਰੋਹਿਤ ਅਤੇ ਬਾਦਸ਼ਾਹ ਬਣਾ ਰਹੇ ਅਤੇ, ਲੇਕਿਨ ਇਹ ਯਹੂਦੀ ਵੀ ਆਲਰੇਡੀ ਹੈ ਨੇ, ਲੇਕਿਨ ਯਿਸੂ 'ਚ ਆਣ ਕੇ ਫਿਰ ਆਪਾਂ ਸਾਰਿਆਂ ਇੱਕ ਹੋ ਜਾਣਾ। ਐਕਚੁਲੀ ਪਲੈਨ ਹੀ ਖੁਦਾ ਦਾ ਇਹ ਵੇ ਕਿ ਯਹੂਦੀਆਂ ਨਾਲ ਤਾਂ ਪੱਕਾ ਉਹਨਾਂ ਦਾ ਅਹਿਦ ਹੈ ਔਰ ਜੈਂਟਾਈਲ ਵੀ ਮਿਲ ਜਾਣ ਉਹਨਾਂ ਦੇ ਨਾਲ, ਇਹ ਅਸਲ ਵਿੱਚ ਪਲੈਨ ਹੈ। ਠੀਕ ਹੈ, ਬਿਲਕੁਲ। ਇਹ ਅਸੀਂ ਲਾਸਟ ਦੇਖਿਆ ਸੀ ਕਿ ਕਿਸ ਤਰੀਕੇ ਨਾਲ। ਅੱਛਾ ਜੀ, ਸੋ ਫਿਰ ਇਹ ਵੇ ਹਜ਼ਾਰ ਸਾਲਾਂ ਬਾਦਸ਼ਾਹੀ ਦੇ ਵਿੱਚ ਸਭ ਦੇ ਲਈ ਮੁਕਤੀ ਆਫਰ ਕੀਤੀ ਜਾਏਗੀ, ਯਾਨੀ ਸਾਰਿਆਂ ਉਦੋਂ। ਠੀਕ ਹੈ, ਹਜ਼ਾਰ ਸਾਲਾਂ ਬਾਅਦ ਚਾਹੀਦੀ, ਲੇਕਿਨ ਇਹ ਨਜਾਤ ਉਹਨਾਂ ਨੂੰ ਹੀ ਮਿਲੇਗੀ ਜਿਹੜੇ ਯਿਸੂ ਨੂੰ, ਜਿੰਝ ਅੱਜ ਅਸੀਂ ਯਿਸੂ ਆਪਣੇ ਗੁਨਾਹਾਂ ਦਾ ਪਰਸ਼ਤਾਪ ਕਰਨੇ ਹਾਂ, ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨੇ ਹਾਂ। ਤਰੀਕਾ ਆ ਹੀ ਹੋਏਗਾ ਉਦੋਂ ਵੀ ਕਿ ਉਹ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਗੇ ਅਤੇ ਤਾਂ ਹੀ ਉਹਨਾਂ ਨੂੰ ਇਹ ਮੁਕਤੀ ਮਿਲੇਗੀ, ਵਰਨਾ ਉਹਨਾਂ ਨੂੰ ਮੁਕਤੀ ਨਹੀਂ ਮਿਲੇਗੀ। ਸੋ ਇਹ ਸਾਰਿਆਂ ਲਈ ਸੱਦਾ, ਸੱਦਾ ਹਾਂਜੀ, ਖੁੱਲ੍ਹਾ ਸੱਦਾ। ਹਵਾਲੇ ਲਿਖੋ ਜੀ, ਕਿਆ ਬਾਤ ਹੈ, ਯੋਏਲ 2:32 ਇਹਦਾ ਟੋਪਿਕ ਹੀ ਹੈ ਜੀ, ਇਹਦਾ ਟੋਪਿਕ ਹੈ ਸਾਰਿਆਂ ਲਈ ਨਜਾਤ ਦਾ ਸੱਦਾ। ਉਹ ਤਾਂ ਫਿਰ ਜਿਹੜਾ ਆਪਾਂ ਯਹੂਦੀਆਂ ਨੇ ਇਕੱਠੇ ਹੋ ਕੇ ਪ੍ਰਚਾਰ ਕਰਨਾ, ਮਿਸ਼ਨਰੀਜ਼, ਉਹਦੇ ਵਿੱਚ ਵੀ ਉਹ ਮਿਸ਼ਨਰੀਜ਼ ਉਹਨਾਂ ਦਾ ਹੈ, ਲੇਕਿਨ ਇਹਦੇ ਵਿੱਚ ਜਦੋਂ ਇਹ ਹਵਾਲੇ ਪੜ੍ਹੋਗੇ ਅਤੇ ਹੈ ਬਿਲਕੁਲ, ਯੂ ਆਰ ਰਾਈਟ ਕਿ ਉੱਥੋਂ ਹੀ ਕੰਮ ਚੱਲੇਗਾ, ਲੇਕਿਨ ਇਹ ਸੱਦਾ ਸਾਰਿਆਂ ਲਈ ਹੈ। ਅੱਗੇ ਅੱਗੇ ਦੇਖੋ, ਇਹ ਯਹੂਦੀਆਂ 'ਚ ਵੀ ਜਿਹੜੇ ਕੌਮ ਹੈ ਉਹ ਤਾਂ ਆਮ ਬੰਦਿਆਂ ਨੂੰ ਬੰਦਾ ਨਹੀਂ ਸਮਝਦੇ, ਨਾ ਉਹ ਜਿਊਜ਼ ਬਣਾਉਂਦੇ ਨੇ, ਕਹਿੰਦੇ ਨੇ ਅਸੀਂ ਅਸਲੀ ਹਾਂ। ਉਦੋਂ ਇਹਨਾਂ ਨੇ ਪਿਆਰ ਕਰਨਾ ਹੈ ਲੋਕਾਂ ਨਾਲ, ਕਿਉਂਕਿ ਯਿਸੂ ਦਾ, ਯਿਸੂ ਨੂੰ ਕਬੂਲ ਕਰਨ ਦੇ ਨਾਲ ਇਹਨਾਂ ਦੇ ਦਿਲ ਜਿਹੜੇ ਨੇ ਉਹ ਯਿਸੂ ਵਾਲੀ ਗੱਲ ਹੋ ਜਾਣਗੇ, ਪਿਆਰ ਕਰੋ ਸਾਰਿਆਂ ਦਾ। ਠੀਕ ਹੈ, ਹਾਂਜੀ। 10 ਹੁਕਮ ਮੂਸਾ ਨੇ ਦਿੱਤੇ, 11ਵਾਂ ਜਦੋਂ ਯਿਸੂ ਆਇਆ ਉਹਨੇ ਕਿਹਾ ਵਾ ਇੱਕ ਦੂਜੇ ਨਾਲ ਪਿਆਰ ਕਰੋ। ਹੈ ਹਵਾਲੇ ਕਿਹੜੀ, ਇਹ ਟੋਪਿਕ ਕੀ ਹੈ ਆਪਣੇ ਹਜ਼ਾਰ ਸਾਲਾਂ ਦੌਰਾਨ ਸਭ ਨੂੰ ਖੁੱਲ੍ਹਾ ਸੱਦਾ, ਸਾਰਿਆਂ ਖੁੱਲ੍ਹਾ ਸੱਦਾ। ਯੋਏਲ 2 ਜੋਏਲ 2:32 ਯੋਏਲ 2:32 ਚੇਲਿਆਂ ਦੇ ਕਰਤੱਵ ਜਾਂ ਬੁੱਕ ਆਫ ਐਕਟਸ 2:16-21 ਰਸੂਲਾਂ ਦੇ ਮਾਲ 2:16-21 ਅਤੇ ਅਜ਼ਾਇਆ 2:2-4 ਯਸਾਇਆ 2:2-4 ਅਤੇ ਯਸਾਇਆ 52:7 ਅਜ਼ਾਇਆ 52:7 ਯਸਾਇਆ 52:7 ਅਤੇ ਅਬਰਾਨੀਆਂ ਹਿਬਰੂ 8:10-11। ਠੀਕ ਹੈ, ਦੇਖ ਕੋਈ ਨਵੇਂ ਨੇਮ ਦਾ ਵੀ ਪੜ੍ਹ ਦਿਓ, ਨਵੇਂ ਨੇਮ ਦਾ ਵੀ ਪੜ੍ਹ ਦਿਓ, ਪਿਛੇ ਹਿਬਰੂ ਪੜ੍ਹ ਦਈਏ, ਅਬਰਾਨੀਆਂ ਪੜ੍ਹ ਦਿਓ। ਚਲੋ ਜੀ, ਕਿਹੜੀ ਪੜ੍ਹਨ ਲੱਗੇ? 8:10 ਤੋਂ। ਹਾਂਜੀ, 10:11। ਇਹ ਹਜ਼ਾਰ ਸਾਲਾਂ ਬਾਦਸ਼ਾਹੀ ਦੇ ਲਈ ਗੱਲ ਹੋ ਰਹੀ ਹੈ ਕਿ ਮੁਕਤੀ ਸਾਰਿਆਂ ਨੂੰ ਆਫਰ ਹੋਏਗੀ, ਉਹਨਾਂ ਨੂੰ ਹੋਏਗੀ ਜਿਹੜੇ ਅੱਜ ਵੀ ਜਿੰਝ ਯਿਸੂ ਨੂੰ ਮੁਕਤੀਦਾਤਾ ਕਬੂਲ ਕਰਦੇ ਨੇ, ਰੋਮੀਓ 10:9-10 ਕਿ ਉਹ ਇਮਾਨ ਦਿਲ ਦੇ ਨਾਲ ਲਿਆਉਣਗੇ, ਇਕਰਾਰ ਮੂੰਹ ਦੇ ਨਾਲ ਕਰਨਗੇ ਕਿ ਯਿਸੂ ਹੀ ਖੁਦਾਵੰਦ ਹੈ। ਹਾਂਜੀ ਜੀ, ਹਾਂਜੀ। ਇਬਰਾਨੀਆਂ 8:10-11 ਵਿੱਚ ਲਿਖਿਆ ਹੈ,
ਫਿਰ ਪ੍ਰਭੂ ਕਹਿੰਦਾ ਹੈ ਉਹਨਾਂ ਦਿਨਾਂ ਪਿੱਛੋਂ ਮੈਂ ਇਸਰਾਇਲ ਦੇ ਲੋਕਾਂ ਨਾਲ ਇੱਕ ਨੇਮ ਬੰਨਾਂਗਾ। ਉਹ ਪੁਰਾਣੇ ਨੇਮ ਦੀ ਗੱਲ ਕਰ ਰਿਹਾ ਵੀ, ਅਤੇ ਆਪਣੇ ਨਿਯਮ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ। ਅੱਗੇ ਆਪਾਂ ਪੜ੍ਹ ਸਕਦੇ ਹਾਂ ਨਾ, ਅਤੇ ਉਹਨਾਂ ਦੇ ਦਿਲਾਂ 'ਤੇ ਲਿਖਾਂਗਾ। ਫਿਰ ਹਾਂ ਮੈਂ ਫਿਰ ਮੈਂ ਉਹਨਾਂ ਨੂੰ ਪਰਮੇਸ਼ੁਰ ਫਿਰ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ। ਤਦ ਕੋਈ ਮਨੁੱਖ ਦੂਜਾ ਮਨੁੱਖ ਨੂੰ ਨਹੀਂ ਸਿਖਾਵੇਗਾ ਅਤੇ ਨਾ ਹੀ ਕੋਈ। ਠੀਕ ਹੈ, ਇਹ ਪੜ੍ਹ ਲਿਆ ਸੀ, ਯਸਾਇਆ 52 ਦੀ 7 ਪੜ੍ਹ ਦਿਓ ਕੋਈ। ਚਲੋ ਹਾਂ, 52 ਯਸਾਇਆ ਚੈਪਟਰ 52:7। ਕਿਉਂਕਿ ਜਿਊਜ਼ ਨੂੰ ਹੀ ਖੁਦਾਵੰਦ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਾ ਕਰਨਗੇ, ਅਤੇ ਫਿਰ ਹੀ ਉਹ ਉਸ ਪਿਛਲੇ ਸਟੱਡੀਆਂ 'ਚ ਦੇਖਿਆ ਕਿ ਉਸ ਖੁਦਾ ਦੇ ਪਲੈਨ 'ਚ ਉਹ ਆਉਣਗੇ। ਜੀ ਹਾਂਜੀ, ਇਜ਼ਾਇਆ 52 ਦੀ 7 ਵਿੱਚ, ਇਜ਼ਾਇਆ 52 ਦੀ 7 ਵਿੱਚ ਇਹ ਲਿਖਿਆ ਹੈ ਜੀ। ਹਾਂਜੀ, ਇਹ ਕਿੰਨਾ ਸੁੰਦਰ ਲੱਗ ਰਿਹਾ ਹੈ ਜੋ ਪਹਾੜਾਂ ਉੱਤੋਂ ਦੀ ਆ ਰਿਹਾ ਹੈ, ਉਹ ਸ਼ੁਭ ਸਮਾਚਾਰ ਲੈ ਕੇ ਆ ਰਿਹਾ ਹੈ, ਜੋ ਸ਼ਾਂਤੀ ਅਤੇ ਮੁਕਤੀ ਦਾ ਸਮਾਚਾਰ ਹੈ। ਉਹ ਸਿਓਨ ਨੂੰ ਕਹਿੰਦਾ ਹੈ, ਪਰਮੇਸ਼ਰ ਤੇਰਾ ਰਾਜ ਹੈ। ਹਾਂਜੀ ਹਾਂਜੀ, ਠੀਕ ਹੈ, ਦੱਸ ਤੇ ਗਿਆ। ਜੋਇਲ 2:32 ਵਿੱਚ ਲਿਖਿਆ ਹੈ, ਉਸ ਸਮੇਂ ਜੋ ਪ੍ਰਭੂ ਅੱਗੇ ਬੇਨਤੀ ਕਰਨਗੇ, ਉਸ ਸਮੇਂ ਜੋ ਪ੍ਰਭੂ ਅੱਗੇ ਬੇਨਤੀ ਕਰਨ ਜਿਹੜਾ ਵੀ ਉਹ ਬਚ ਜਾਣਗੇ। ਹਾਂ ਹਾਂਜੀ ਹਾਂ, ਪ੍ਰਭੂ ਕਹਿੰਦਾ ਹੈ ਕੁਝ ਯਰੂਸ਼ਲਮ ਵਿੱਚ ਬਚ ਨਿਕਲਣਗੇ ਅਤੇ ਜਿਨ੍ਹਾਂ ਨੂੰ ਮੈਂ ਚੁਣਾਂਗਾ ਉਹ ਬਚ ਜਾਣਗੇ। ਹਾਂਜੀ, ਇੱਥੇ ਸਾਫ਼ ਲਿਖਿਆ ਜੋ ਪ੍ਰਭੂ ਅੱਗੇ ਬੇਨਤੀ ਕਰੂਗੇ। ਉਹ ਨਹੀਂ, ਯੋਹਨਾ 3:16 ਦੇ ਮੁਤਾਬਿਕ ਹਾਂਜੀ ਹਾਂਜੀ ਪਰਮੇਸ਼ਵਰ ਨੇ ਆਪਣਾ ਪੁੱਤਰ ਘੱਲ ਦਿੱਤਾ ਤਾਂ ਜੇ ਜੋ ਕੋਈ ਉਸਦੇ ਅਤੇ ਉਦੋਂ ਜਿਹੜੇ ਵੀ ਇਹਨੂੰ ਮੰਨਣਗੇ ਦਿਲੋਂ ਉਹ ਬਚਾਉਣ। ਫਿਰ ਸਰ ਇੱਕ ਹੋਰ ਪੁਆਇੰਟ ਹੈਗਾ ਕਿ ਇੱਕ ਸਾਰਿਆਂ ਲਈ ਸਵਰਗੀ ਸ਼ਿਫਾ ਜਾਂ ਡਿਵਾਈਨ ਜਾਂ ਇਲਾਹੀ ਸ਼ਿਫਾ ਜਾਂ ਡਿਵਾਈਨ ਹੀਲਿੰਗ ਹੋਏਗੀ ਸਾਰਿਆਂ ਲਈ। ਯਾਨੀ ਇੱਕ ਤਾਂ ਰੂਹ ਦੀ ਹੋ ਗਈ, ਦੂਜੀ ਫਿਜ਼ੀਕਲੀ ਵੀ ਹੈਗੀ ਹੈ ਨਾ। ਅਤੇ ਇਹ ਦੇਖੋ 28:17 ਲਿਖ ਲਓ, ਅਤੇ ਕੁਝ ਮੇਰੇ ਖਿਆਲ ਪਹਿਲੇ ਯਸਾਇਆ ਦੇ ਕੁਛ ਲਿਖ ਲਓ, ਅਜ਼ਾਇਆ ਦੇ ਕੁਝ ਲਿਖ ਲਓ, 12:1-5, ਯਸਾਇਆ 12:1-5, ਅਤੇ ਯਸਾਇਆ ਦੇ ਨੇ ਸਾਰੇ। ਉਹਦੇ ਬਾਅਦ 33:33-24, ਅਜ਼ਾਇਆ 33:24, ਅਜ਼ਾਇਆ 35:3-6, ਯਸਾਇਆ 35:3-6 ਲਿਖ ਲਈ, ਅਤੇ ਅਜ਼ਾਇਆ 53:5 ਆਇਤ, ਅਤੇ ਮੈਥਿਊ 8:17। ਦੇਖੋ ਜਦੋਂ ਇਹ ਇੰਜੀ ਉਦੋਂ ਹੋਏਗਾ, ਇਹ ਡਿਵਾਈਨ ਹੀਲਿੰਗ ਦੀ ਗੱਲ ਹੋ ਰਹੀ ਹੈ, ਇਲਾਹੀ ਸ਼ਿਫਾ, ਜਿਸ ਤਰ੍ਹਾਂ ਖੁਦਾ ਨੇ ਮੁਲਕੇ ਮਿਸਰ ਵਿੱਚੋਂ ਆਪਣੀ ਕੌਮ ਨੂੰ ਕੱਢਿਆ, ਅਤੇ ਜ਼ਬੂਰ 105:37, ਸਾਮਸ 105:37, ਅਤੇ ਸਾਮਸ ਜਾਂ ਭਜਨ 107:20 ਦੇ ਮੁਤਾਬਿਕ ਉਹ ਕੋਈ ਬਿਮਾਰ ਨਹੀਂ ਸੀ, ਉਹਨਾਂ ਦੇ ਕਬੀਲਿਆਂ 'ਚ ਕੋਈ ਸ਼ਖਸ ਕਮਜ਼ੋਰ ਨਹੀਂ ਸੀ। ਇਹ ਚੀਜ਼ ਦੁਬਾਰਾ ਸਾਰਿਆਂ ਉੱਤੇ ਲੈ ਆਏਗਾ, ਕੋਈ ਬਿਮਾਰ ਨਹੀਂ ਹੋਏਗਾ, ਹੈਂਜੀ, ਕੋਈ ਕਮਜ਼ੋਰ ਨਹੀਂ ਹੋਏਗਾ। ਠੀਕ ਹੈ, ਇਹ ਜਿਹੜੀ ਹੈ ਹਾਂਜੀ, ਉਦੋਂ ਕੁਛ ਇਸ ਤਰ੍ਹਾਂ ਵੀ ਹੋਣਾ ਜੀ, ਜਿਹੜੇ ਸਾਰੀ ਦੁਨੀਆ ਤੋਂ ਲੋਕਾਂ ਨੇ ਇਸਰਾਇਲ ਦੇ ਵਿੱਚ ਆਉਣਾ, ਜਿਹੜੇ ਵਿਸ਼ਵਾਸੀ ਨੂੰ ਲੋਕਾਂ ਨੇ ਕਹਿਣਾ ਚੱਲ ਤੇਰੇ ਨਾਲ ਅਸੀਂ ਇਸਰਾਇਲ ਨੂੰ ਜਾਣਾ ਆ, ਹੈ ਨਾ, ਇਹ ਅੱਗੇ ਆ ਰਿਹਾ, ਅਸੀਂ ਵੀ ਕਹਿੰਦੇ ਉਹ ਤੇਰੇ ਰੱਬ ਦੀ ਬੰਦਗੀ, ਉਹ ਪਤਾ ਇੱਕ ਯਹੂਦੀ ਦਾ ਹਾਂ ਫੜ ਕੇ ਪੱਲਾ ਫੜ ਲੈਣਗੇ, ਹਾਂ, ਤੇ ਕਹਿਣਗੇ ਯਾਰ ਸੁਣਿਆ ਤੁਹਾਡੇ ਕੋਲ
परमेश्वर आ गया वो सानू मिला दे दियो भी ले जाओ हां असि भी जाना है बहुत अच्छे वेरी गुड वेरी गुड। अच्छा हुण हजार साल बादशाही च रहने आलियां दे की लिविंग कंडीशंस लफ्ज है कि रहने आलियां दे की हालात होंगे हजार साल बादशाही च भाई रहने आलियां दे की हालात होंगे। अच्छा इहदे विच बड़े पॉइंट ने नंबर एक लिखो है जी ये हैडिंग है ना भाई हजार साल बादशाही मिलेनियम दे विच लिविंग कंडीशंस की होंगियां या रहने वालियां दे की हालात होंगे। नंबर एक शैतान जड़ा है ये बनया जाएगा हजार साल बादशाही शुरू होने तो पहले ते कोई अजमाने वाला कोई भी नहीं होएगा है कोई टेम्पटेशन नहीं होगी टेम्पटेशन नहीं होगी। रेवलेशन चैप्टर 20 मुकाशवा 20 दी 1 तो 10 दे विच इहदा प्लान दस्या दा सारा है ना ये डकया जाएगा हजार साल बादशाही लिए फिर थोड़ी देर लिए खोलिया जाएगा करद्या करांद्या ये फिर अग दी झील सुट दिता जाएगा हजार साल बादशाही शुरू होण तो बाद दी गल है। चलो हजार साल बादशाही दे विच असी देख रहे हां कि शैतान बनया जाएगा तो अजमाने वाला कोई नहीं होएगा। यसाया 24:21 अजाया 25:7 इन्हां विचों एक अद्धी पढ़ दिओ यसाया दे विच वेख लो कि प्रोफसी होई सी है ना कोई देख लो ते यसाया मतलब कोई अजमाइश नहीं होएगी क्योंकि शैतान ने होना ही नहीं तो किस कोई अजमाने वाला नहीं होगा जी। हाँ जी आप पढ़ते हैं जी यसाया 24:21 लिखा है उस समय प्रभु उपरलिया शक्तियां अते धरती दे शासकां नू सजा देगा जी ते 25:7 दे ए मतलब सजा देगा मीन्स ओते डके शैतान नू डकया होगा जी ते 25:7 दे विच लिखा हैगा इजाया दी ओदे विच लिखा है ਉੱਥੇ ਉਹ ਅਚਾਨਕ ਸਭ ਕੌਮਾਂ ਉੱਤੇ ਹੋਏ ਦੁੱਖਾਂ ਦੇ ਬਦਲੇ ਦੁੱਖਾਂ ਦੇ ਬੱਦਲ ਨੂੰ ਦੂਰ ਕਰੇਗਾ ਉਹ ਹੀ ਹੈ ਸ਼ੈਤਾਨ ਜਿੱਥੇ ਸ਼ੈਤਾਨ ਹੈ ਉੱਥੇ ਦੁੱਖ ਤਕਲੀਫ ਹੈ ਯੂਹੰਨਾ 10:10 ਹਾਂਜੀ ਹਾਂਜੀ। ਅੱਛਾ ਸੋ ਨੰਬਰ ਇੱਕ ਪੁਆਇੰਟ ਕਿ ਹਜ਼ਾਰ ਸਾਲਾਂ ਬਾਅਦ ਚਾਹੀ ਚ ਲਿਵਿੰਗ ਕੰਡੀਸ਼ਨ ਕੀ ਹੋਣੀ ਹੈ ਕਿ ਰਹਿਣੇ ਦੇ ਕੀ ਹਾਲਾਤ ਹੋਣਗੇ ਮਤਲਬ ਦੁੱਖ ਨਹੀਂ ਦੁੱਖ ਨਹੀਂ ਹੋਣਾ ਦੁੱਖ ਕੋਈ ਅਜ਼ਮਾਣੇ ਵਾਲਾ ਹਾਂ ਦੁੱਖ ਨਹੀਂ ਹੋਏਗਾ। ਦੂਸਰਾ ਯੂਨੀਵਰਸਲ ਪੀਸ ਹੋਏਗਾ ਪੂਰੀ ਦੁਨੀਆ ਦੇ ਵਿੱਚ ਅਮਨ ਹੋਏਗਾ ਇਹਦਾ ਮਤਲਬ ਇਹ ਕਿ ਨਾ ਤੇ ਹਵਾਲੇ ਬਾਅਦ ਵਿੱਚ ਦਿਖਾ ਦਿੰਦਾ ਕਿ ਨਾ ਤੇ ਕੋਈ ਫੌਜਾਂ ਦੀ ਲੋੜ ਪੈਣੀ ਹੈ ਫੌਜਾਂ ਕਿਉਂ ਹੁੰਦੀਆਂ ਨੇ ਯਾਰ ਕੋਈ ਆਣ ਕੇ ਹਮਲਾ ਨਾ ਕਰ ਦੇ ਠੀਕ ਹੈ ਅਤੇ ਨਾ ਹੀ ਉਹਨਾਂ ਨੂੰ ਮੇਨਟੇਨ ਕਰਨ ਲਈ ਕੋਈ ਖਰਚਾ ਹੋਏਗਾ ਟੈਕਸ ਵਗੈਰਾ ਬਚਾਇਆ ਜਾਏਗਾ ਕੋਈ ਜ਼ਾਤ ਪਾਤ ਦਾ ਚੱਕਰ ਨਹੀਂ ਇਹ ਫਲਾਣੇ ਧਰਮ ਦਾ ਫਲਾਣੇ ਧਰਮ ਦਾ ਹੈ ਨਾ ਕਿਉਂ ਜੇ ਸਭ ਕੌਮਾਂ ਉਸ ਵੇਲੇ ਉਹਨਾਂ ਦਾ ਧਿਆਨ ਪ੍ਰਭੂ ਯਸੂ ਵੱਲ ਹੋਏਗਾ ਠੀਕ ਹੈ ਅਤੇ ਜ਼ਾਹਿਰ ਫਿਰ ਜੇ ਅਮਨ ਹੋਏਗਾ ਤਾਂ ਕੋਈ ਜੰਗਾਂ ਨਹੀਂ ਹੋਣਗੀਆਂ ਕੋਈ ਧਰਮ ਦੇ ਚੱਕਰ ਚੁੱਕਰ ਨਹੀਂ ਹੋਣਗੇ ਸੋ ਲੋਕ ਉਸ ਦੌਰ ਵਿੱਚ ਪੂਰੇ ਸੈਟਿਸਫਾਈਡ ਹੋਣਗੇ ਕੀ ਹੋਣਗੇ ਮੁਤਮਿਨ ਹੋਣਗੇ ਸਿਰਫ ਖੁਦਾ ਦੀ ਭਲਾਈ ਅਤੇ ਉਹਦੀ ਬਾਦਸ਼ਾਹੀ ਦੇ ਗੁਣ ਹੀ ਗਾਉਂਦੇ ਰਹਿਣਗੇ ਵਾਹ ਮੌਲਾ ਇਹੋ ਜਿਹਾ ਤਾਂ ਵੇਲਾ ਹੀ ਨਹੀਂ ਵੇਖਿਆ ਹੈ ਕਿਉਂਕਿ ਸਾਡੇ ਜਿਹਨਾਂ 'ਚ ਬਸ ਐਂਡ ਹੋ ਗਿਆ ਅਤੇ ਉਹ ਅੱਗੇ ਤਾਂ ਸਮਾਂ ਆ ਰਿਹਾ ਦੇਖੋ ਲੋਕਾਂ ਦੀ ਮਲਾਕੀ 1:1 'ਤੇ ਪੜ੍ਹ ਦਿਓ 11 ਮਲਾਕਾਈ ਚੈਪਟਰ 1:11 ਇਹ ਪੜ੍ਹ ਦਿਓ ਅਤੇ ਉਸ ਤੋਂ ਪਿੱਛੇ ਯੂਨੀਵਰਸਲ ਪੀਸ ਦੇ ਹਵਾਲੇ ਮੈਂ ਲਿਖਾਉਣ ਲੱਗਾ ਠੀਕ ਹੈ ਜੀ ਪਹਿਲੇ ਇਹ ਦੇਖੋ ਕਿ ਉਹਦੀ ਬਾਦਸ਼ਾਹੀ ਦੇ ਗੁਣ ਗਾਣਗੇ ਹਾਂ ਕਾਹਦੇ ਲਈ ਬਾਕੀ ਬਿਮਾਰੀ ਬਿਮੂਰੀ ਲੋਕ ਕਿੱਦਾਂ ਹੋਏਗੀ ਲੋਕਾਂ ਦੀ ਉਮਰ ਕਿੰਨੀ ਹੋਏਗੀ ਜੀ ਉਹ ਵੀ ਆ ਰਿਹਾ ਯਾਰ ਤੁਸੀਂ ਬਹੁਤ ਅੱਛਾ ਦੇਦੀ ਠੀਕ ਹੈ ਠੀਕ ਹੈ ਤੁਸੀਂ ਪੁਆਇੰਟ ਦੇਣ ਦਿੰਦੇ ਹੋ ਤੇ ਆ ਹੀ ਜਾਂਦਾ ਓਕੇ ਜੀ ਆ ਮਲਾਕੀ ਹਜ਼ਾਰ ਸਾਲ ਤੇ ਐਵੇਂ ਹੀ ਹੋਣੀ ਹੈ ਚਲੋ ਕਿਉਂਕਿ ਅੱਗੇ ਆਪਾਂ ਗੱਲਾਂ ਕੀਤੀਆਂ ਨਾ ਹੁਣ ਉਹ ਟਾਈਮ ਮੈਂ ਸਿੱਖ ਲਿਆ ਜੀ ਹਾਂਜੀ ਮਲਾਕੀ 1:11 ਦੇ ਵਿੱਚ ਲਿਖਿਆ ਹੈ ਕੀ ਹੈ ਇਹਦੇ ਵਿੱਚ ਹਾਂਜੀ ਪੂਰਨ ਧਰਤੀ ਉੱਤੇ ਪੂਰਨ ਧਰਤੀ ਸਾਰੀ ਧਰਤੀ ਉੱਤੇ ਯੂਨੀਵਰਸ ਹਾਂ ਪੂਰਨ ਧਰਨੀ ਧਰਤੀ ਉੱਤੇ ਲੋਕਾਂ ਵਿੱਚ ਮੇਰਾ ਨਾਮ ਮਹਾਨ ਹੈ ਹਰ
ਹਰ ਥਾਂ ਲੋਕ ਮੇਰੇ ਸਾਹਮਣੇ ਧੂਪ ਤੁਖਾਉਣਗੇ ਤੁਖਾਉਂਦੇ ਅਤੇ ਸ਼ੁਭ ਭੇਟਾਂ ਚੜ੍ਹਾਉਂਦੇ ਹਨ। ਹਰ ਕੋਈ ਮੇਰਾ ਨਾਂ ਨੂੰ ਮਹਾਨ ਕਹਿੰਦਾ ਹੈ। ਠੀਕ ਹੈ, ਉਹ ਆਪਸ ਵਿੱਚ ਤੇ ਛੱਡ ਕੇ ਤੇ ਉੱਧਰ ਉਹਨਾਂ ਦਾ ਤਵੱਜੋ ਲੱਗ ਜਾਏਗਾ। ਉਹ ਇਹ ਸਾਰੇ ਹਾਲਾਤ ਦੇਖ ਕੇ ਤੇ ਪ੍ਰਭੂ ਯੇਸੂ ਦੇ ਹੀ ਗੁਣ ਗਾਣੇ ਨੇ। ਅੱਛਾ, ਇਹ ਯੂਨੀਵਰਸਲ ਪੀਸ ਦੇ ਮੁਤਲਿਕ ਪਲੀਜ਼ ਤੁਸੀਂ ਲਿਖ ਲਓ। ਹਾਂਜੀ, ਪੂਰੀ ਦੁਨੀਆ 'ਚ ਹੋਏਗਾ। ਯਸਾਇਆ ਅਜ਼ਾਇਆ ਦੇ ਕੁਛ ਹਵਾਲੇ ਦੋ ਲਿਖ ਲਓ। ਅਜ਼ਾਇਆ ਚੈਪਟਰ 2 ਵਰਸ 4, ਯਸਾਇਆ 2 ਦੀ 4 ਅਤੇ ਯਸਾਇਆ 9 ਦੀ 6 ਅਤੇ 7, ਅਜ਼ਾਇਆ ਚੈਪਟਰ 9 ਵਰਸ 6 ਅਤੇ 7, ਅਜ਼ਾਇਆ 9 ਦੀ 6 ਅਤੇ 7, ਅਤੇ ਮੀਕਾ ਮਾਈਕਾ ਕੀ ਕਹਿ ਲਓ, ਮੀਕਾ 4 ਦੀ 3 ਅਤੇ 4, ਮੀਕਾ ਕਿਤਾਬ ਹੈਗੀ। ਇਹ ਹਵਾਲੇ ਨੇ ਕਿ ਯੂਨੀਵਰਸਲ ਅਮਨ ਹੋਏਗਾ ਉਦੋਂ। ਇਸੇ ਲਈ ਕਿ ਦੇਖੋ ਨਾ, ਇਹ ਭਵਿੱਖਬਾਣੀ ਹੋਈ ਸੀ, ਫੋਰ ਫੋਲਡ ਨੇਮ ਨੇ ਯਸੂ ਦੇ ਯਸਾਇਆ ਨੇ ਦੱਸੇ ਸਨ। ਹੈ ਕਿਹੜੇ? ਸ਼ਾਂਤੀ ਦਾ ਰਾਜਕੁਮਾਰ, ਪ੍ਰਿੰਸ ਆਫ ਪੀਸ। ਇਹੋ ਦੌਰ ਹੈ ਯਸੂ ਆਪਣੇ ਇੱਥੇ, ਯਸੂ ਹਜ਼ਾਰ ਸਾਲਾ ਬਾਦਸ਼ਾਹੀ 'ਚ ਆਪਣੇ ਤਖ਼ਤ ਉੱਤੇ, ਥਰੋਨ ਉੱਤੇ ਜਾਂ ਸੰਘਾਸ਼ਨ ਉੱਤੇ ਬਹੇਗਾ। ਇਸ ਲਈ ਪ੍ਰਿੰਸ ਆਫ ਪੀਸ। ਠੀਕ ਹੈ, ਉਹ ਤਾਂ ਐਵੇਂ ਹੀ, ਉਹ ਜਿਹੜਾ ਐਂਟੀ ਕ੍ਰਾਈਸਟ ਹੈ ਉਹ ਤਾਂ ਫੇਕ ਪੀਸ ਟ੍ਰੀਟੀ ਕਰਾਏਗਾ। ਠੀਕ ਹੈ, ਅੱਛਾ, ਇਹਦੇ ਵਿੱਚ ਚਾਰ ਨਾਮ। ਪਹਿਲਾ ਪੁਆਇੰਟ ਸੀ ਸ਼ੈਤਾਨ ਬਣਿਆ ਜਾਏਗਾ, ਦੂਸਰਾ ਕੀ ਸੀ? ਯੂਨੀਵਰਸਲ ਪੀਸ ਹੈ। ਤੀਸਰਾ ਜਿਹੜਾ, ਯੂਨੀਵਰਸਲ ਪ੍ਰੋਸਪਰਿਟੀ ਹੋਣੀ ਹੈ। ਉਹ ਕੋਈ ਗਰੀਬ ਨਹੀਂ ਹੋਣਾ ਉਦੋਂ। ਹਾਂ, ਯੂਨੀਵਰਸਲ ਪ੍ਰੋਸਪਰਿਟੀ ਹੋਏਗੀ, ਨਾ ਕੋਈ ਜੋਬਲੈਸ ਹੋਏਗਾ ਅਤੇ ਨਾ ਕੋਈ ਗਰੀਬ ਹੋਗਾ। ਜਿਹੜਾ ਪੈਸਾ ਇਹ ਨਸ਼ਿਆਂ 'ਚ ਲੱਗਦਾ ਸੀ ਨਾ, ਬਿਮਾਰੀਆਂ, ਤੰਬਾਕੂ ਨਸ਼ੇ, ਬਿਮਾਰੀਆਂ ਹਸਪਤਾਲਾਂ 'ਚ, ਜਾਂ ਜਿਹੜੇ ਲੋਕ ਜੁਰਮ ਕਰਦੇ ਸਨ, ਹੈ ਜੀ, ਅਤੇ ਜਾਂ ਇਹ ਜਿਹੜਾ ਸੰਘਾਰ ਮੰਗਾਰ ਕੋਸਮੈਟਿਕਸ ਕਹਿ ਲਓ, ਇਹ ਭਲੇ ਕੰਮਾਂ 'ਚ ਇਸਤੇਮਾਲ ਹੋਏਗਾ। ਉਦੋਂ ਲੋਕਾਂ ਨੂੰ ਧਿਆਨ ਹੀ ਨਹੀਂ ਹੋਣਾ ਨਾ ਇਸ ਪਾਸੇ ਜਾਣਾ। ਠੀਕ ਹੈ, ਅਤੇ ਕੋਈ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਹੋਣਗੇ। ਹਵਾਲੇ ਲਿਖ ਲਓ ਇਹਦੇ, ਹੈ ਜੀ, ਇੰਨਾ ਪੈਸਾ ਹੋਣਾ, ਲੋਕਾਂ ਨੂੰ ਫਿਕਰ ਹੀ ਨਹੀਂ ਹੋਣੀ। ਪ੍ਰੋਸਪਰਿਟੀ ਦੇਖੋ, ਅਜ਼ਾਇਆ ਯਸਾਇਆ 65 ਦੀ 24, ਅਜ਼ਾਇਆ 65 ਦੀ 24, ਮਾਈਕਾ ਜਾਂ ਮੀਕਾ 4 ਦੀ 4 ਅਤੇ 5 ਆਏ। ਮਾਈਕਾ ਚੈਪਟਰ 4, ਮੀਕਾ ਚੈਪਟਰ 4 ਵਰਸ 4 ਐਂਡ 5। ਠੀਕ ਹੈ, ਸੋ ਇਹ ਸਾਰੀਆਂ ਗੱਲਾਂ ਇਹਨਾਂ ਹਵਾਲਿਆਂ 'ਚ ਬਿਲਕੁਲ, ਮਤਲਬ ਹੈ ਕਿ ਕਿਹੜਾ ਟੌਪਿਕ ਅਸੀਂ ਦੇਖਿਆ, ਯੂਨੀਵਰਸਲ ਦੁਨੀਆ ਦੇ ਵਿੱਚ, ਦੁਨੀਆ ਦੇ ਵਿੱਚ ਖੁਸ਼ਹਾਲੀ ਹੋਈ, ਖੁਸ਼ਹਾਲੀ ਹੋਈ। ਠੀਕ ਹੈ, ਉਹਦੇ ਬਾਅਦ ਜੀ ਚੌਥਾ ਪੁਆਇੰਟ ਲਿਖ ਲਓ ਇਹਦੇ ਵਿੱਚ। ਇਹ ਕਿਹਦੇ 'ਚ ਲਿਖ ਰਹੇ ਹਾਂ ਕਿ ਇਹ ਲਿਵਿੰਗ ਕੰਡੀਸ਼ਨਸ ਕੀਆਂ ਹੋਣਗੀਆਂ, ਭਾਈ ਕਿੰਝ ਆਪਾਂ ਰਹਿਣਾ, ਹੈ ਨਾ। ਪਹਿਲਾਂ ਦੇਖਿਆ ਸ਼ੈਤਾਨ ਬਣਿਆ ਜਾਏਗਾ, ਦੂਜਾ ਆਪਾਂ ਦੇਖਿਆ ਸੀ ਕਿ ਕੀ ਸੀ, ਹੈ ਨਾ, ਦੂਜਾ ਦੇਖਿਆ ਸੀ ਅਮਨ ਹੋਏਗਾ, ਤੀਸਰਾ ਜਿਹੜਾ ਇਹ ਖੁਸ਼ਹਾਲੀ ਹੋਏਗੀ, ਚੌਥਾ ਜਿਹੜਾ ਇਹ ਫਾਈਨੈਂਸ਼ੀਅਲ ਸਿਸਟਮ ਕੀ ਹੋਣਾ, ਯਾਨੀ ਮਾਲੀ ਹਾਲਾਤ ਕੀ ਹੋਣੇ ਨੇ। ਠੀਕ ਹੈ, ਦੇਖੋ ਜੀ, ਸ਼ਰੀਅਤ ਲਾਅ ਆਉਣ ਤੋਂ ਪਹਿਲੇ, ਨੇਮ ਆਉਣ ਤੋਂ ਪਹਿਲੇ ਵੀ ਦਾ ਯਕੀਨ ਦਿੱਤੀ ਜਾਂਦੀ ਸੀ। ਤੁਹਾਡਾ ਟਾਪਿਕ ਆ ਗਿਆ, ਹੈਂ, ਅਤੇ ਮਲਾਕੀ 3 ਦੀ 7 ਤੋਂ 12, 3 ਦੀ 7 ਤੋਂ 12, ਹਾਂ, ਇਹ ਇਹ ਅੱਛਾ ਜਿਹੜਾ ਨਾ ਲਾਅ ਆਉਣ ਤੋਂ ਪਹਿਲੇ ਦੇ ਹਵਾਲੇ ਲਿਖ ਲਓ, ਜੈਨਸਿਸ 14 ਦੀ 20, ਆਈ ਐਮ ਸੋਰੀ, ਅਤੇ ਜੈਨਸਿਸ ਜਾਂ ਉਤਪੁੱਤੀ ਜਾਂ ਉਤਪੁੱਤ ਪੈਦਾਇਸ਼ 14 ਦੀ 20 ਅਤੇ 28 ਦੀ 22, ਅਤੇ ਮਲਾਕੀ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਸ਼ਰੀਅਤ ਆਉਣ ਤੋਂ ਪਹਿਲੇ, ਫਿਰ ਲਾਅ ਦੇ ਵਿੱਚ ਵੀ ਜ਼ਰੂਰੀ ਸੀ, ਅਤੇ ਫਿਰ ਸ਼ਰੀਅਤ ਦੇ ਵਿੱਚ ਹੋਰ ਹਵਾਲੇ ਲਿਖ ਲਓ, ਲੇਵੀਆਂ ਲਿਵੇਟਿਕਸ ਐਬਾਰ 27 ਦੀ 30 ਤੋਂ 35, ਨੰਬਰਸ ਗਿਣਤੀ 18 ਦੀ 21, ਨਹਿਮੀਆਂ 10 ਦੀ 37, ਨਹਿਮੀਆਂ ਚੈਪਟਰ 10 ਵਰਸ 37, ਨਹਿਮੀਆਂ
chapter 13 verse 10 to 12 ਅਤੇ ਪ੍ਰੋਵਰਬਸ ਕਹਾਵਤਾਂ ਇਮਸਾਲ 3:9-10 ਅਤੇ ਹੋਰ ਵੀ ਬੜੇ ਹਵਾਲੇ ਜੀ ਹੈਗੇ ਜਿਹੜੇ ਲਾਅ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਲਾਅ ਤੋਂ ਪਹਿਲੇ ਤਾਂ ਉਤਪਤੀ ਸੀ ਫਿਰ ਲਾਅ ਆਇਆ ਉਹਦੇ ਵਿੱਚ ਵੀ ਦਿੱਤੀ ਜਾ ਰਹੀ ਹੈ ਅਤੇ ਮੱਤੀ 23:23 ਲਿਖੋ ਅਤੇ ਰੋਮਨਸ 2:22 ਮੈਥਿਊ ਚੈਪਟਰ 23:23 ਰੋਮਨਸ 2:22 ਫਸਟ ਕਰੰਥੀਅਨਸ ਚੈਪਟਰ 9:7-18 ਸੋ ਫਸਟ ਕਰੰਥੀਅਨਸ ਚੈਪਟਰ 16 ਫਸਟ 3 ਵਰਸਿਸ ਪਹਿਲਾ ਕਰੰਥੀਆਂ 16:1-3 ਅਬਰਾਨੀਆਂ 7 ਚੈਪਟਰ ਪੂਰਾ ਪਹਿਲਾ ਕਰੰਥਾ 16:1-3 ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਸਰ ਕਰੰਥੀਆਂ ਤੋਂ ਬਾਅਦ ਹਿਬਰੂ ਕਰੰਥੀਆਂ 16:1-3 ਅਤੇ ਹਿਬਰੂ 7 ਚੈਪਟਰ ਸਾਰਾ ਓਕੇ ਇਹ ਇਹ ਟਾਈਪ ਦੇ ਬਾਰੇ 'ਚ ਅਤੇ ਇਹ ਸਾਰੀ ਇਸੇ ਬਾਰੇ 'ਚ ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਹੀ ਸਿਸਟਮ ਜਿਹੜਾ ਇਹ ਹਜ਼ਾਰ ਸਾਲਾਂ ਬਾਦਸ਼ਾਹੀ 'ਚ ਵੀ ਹੋਏਗਾ ਜੀ ਅਸੀਂ ਤਾਂ ਇੱਥੇ ਹੀ ਲੜਦੇ ਫਿਰਦੇ ਰਹੇ ਹਾਂ ਕਿ ਅਤੇ ਪੁਰਾਣੇ ਨੇਮ ਦੀ ਦੇ ਵਿੱਚ ਚਰਚ ਵਿੱਚ ਨਹੀਂ ਅਤੇ ਮਾਫ਼ ਕਰਨਾ ਕਿ ਮੇਰੇ ਜੇ ਬੰਦੇ ਵੀ ਕਹਿੰਦੇ ਜੀ ਉਹ ਲੋੜ ਹੀ ਨਹੀਂ ਉਹ ਨਹੀਂ ਲੋੜ ਨਾ ਅਤੇ ਤਿਆਰ ਰਹੋ ਦੁਆ ਕਰੋ ਕਿ ਉੱਥੇ ਪਹੁੰਚੋਗੇ ਨਾ ਤਾਂ ਉੱਥੇ ਤਾਂ ਦੇਣੀਆਂ ਹੀ ਦੇਣੀਆਂ ਨੇ ਤਾਂ ਹੁਣ ਹੀ ਦੇਣੀ ਸ਼ੁਰੂ ਕਰ ਦਿਓ ਯਾਰ ਮਤਲਬ ਗੁੱਸੇ 'ਚ ਨਹੀਂ ਕਿਹਾ ਨਹੀਂ ਜਸਵਿੰਦਰ ਜੀ ਇਹ ਫਿਰ ਇਹਦੇ ਵਿੱਚੋਂ ਕੋਈ ਹੈ ਕੋਈ ਜਿਹੜੀ ਆਇਤ ਜਿਹੜੀ ਵੀ ਮਿਲੇਨੀਅਮ ਦੇ ਵਿੱਚ ਵੀ ਟਾਈਪਿੰਗ ਹੋਣੀ ਹੈ ਇਹਦੇ ਵਿੱਚ ਕੁਛ ਇਹਦੇ ਵਿੱਚ ਆਪਾਂ ਕੋਈ ਪੜ੍ਹ ਦਈਏ ਦੇਖਾਂ ਜੀ ਜੀ ਇਹਦੇ ਵਿੱਚ ਆਇਤਾਂ ਪੜ੍ਹੋ ਨਾ ਜੀ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਪੁਰਾਣੇ ਨੇਮ ਦੇ ਵਿੱਚ ਵੀ ਇਹ ਭਵਿੱਖਬਾਣੀਆਂ ਨੇ ਅਤੇ ਇਹ ਨਵੇਂ ਨੇਮ ਵਿੱਚ ਵੀ ਤੁਸੀਂ ਦੇਖ ਲਓ ਅਬਰਾਨੀਆਂ 7 ਚੈਪਟਰ ਐਕਚੁਲੀ ਪੂਰਾ ਹੈ ਅਤੇ ਪਹਿਲਾ ਕਰੰਥੀਆਂ 16:1-3 ਦੇਖ ਲਓ ਰੋਮਨਸ 2:22 ਵੇਖੋ ਰੋਮਨਸ 2:22 ਹਾਂ ਦੇਖ ਲਓ ਵਿੱਚੋਂ ਆਇਤਾਂ ਚੁੱਕ ਕੇ ਦੇਖ ਲਓ ਹਾਂਜੀ ਰੋਮੀਆਂ 2:22 ਦੇ ਵਿੱਚ ਲਿਖਿਆ ਹੈ ਜੀ ਤੂੰ ਕਹਿੰਦਾ ਹੈ ਵਿਚਾਰ ਨਾ ਕਰ ਪਰ ਕੀ ਤੂੰ ਆਪ ਵਿਚਾਰ ਨਹੀਂ ਕਰਦਾ ਹੈ ਤੂੰ ਮੂਰਤੀਆਂ ਨੂੰ ਘਿਰਣਾ ਕਰਦਾ ਹੈ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ ਹੈ ਹਾਂਜੀ ਇਹ ਹਾਂਜੀ ਮਤਲਬ ਇਹ ਵੇ ਮੰਦਰਾਂ ਨੂੰ ਲੁੱਟਦਾ ਹੈ ਜਿਹੜਾ ਖੁਦਾ ਦਾ ਹਿੱਸਾ ਹੈ ਉਹਨੂੰ ਨਹੀਂ ਲੈ ਰਿਹਾ ਇਹ ਇੱਕ ਜੇ ਆਪਾਂ ਨਹੀਂ ਦਿੰਦੇ ਤਾਂ ਉਹ ਲੁੱਟ ਰਹੇ ਦੇਖੋ ਨਾ ਮਲਾਕੀ 3 ਦੀ ਅਗਰ ਦੇਖਿਆ ਜਾਏ 9:10 ਵਿੱਚ ਉਹ ਤੁਸੀਂ ਮੈਨੂੰ ਲੁੱਟਦੇ ਹੋ ਉਹ ਕਹਿੰਦਾ ਕਾਹਦੇ ਲਈ ਲੁੱਟਦੇ ਹੋ ਦਸਵੰਦ ਦੇ 'ਚ ਲੁੱਟਦੇ ਹੋ ਉਹਦੇ 'ਚ ਲੁੱਟਦੇ ਨਵੇਂ ਨੇਮ ਦੇ ਵਿੱਚ ਹੋਰ ਦੇਖ ਲਓ ਪਹਿਲਾਂ ਗ੍ਰੰਥੀਆਂ 9 ਦੀ ਵੈਸੇ ਲੰਮੀਆਂ ਹੀ ਵਰਸਿਸ ਨੇ ਦੇਖ ਲਓ 16:1-3 ਦੇਖ ਲਓ ਮਤਲਬ ਇਹ ਵੀ ਇਨਡਾਇਰੈਕਟਲੀ ਤੇ ਉਹਨੇ ਦੱਸਿਆ ਹੁਣ ਇਹ ਤੇ ਬਲੀਵਰਸ ਨੂੰ ਕਹਿ ਰਿਹਾ ਜਿਹੜਾ ਖੁਦਾ ਦਾ ਹਿੱਸਾ ਹੈ ਉੱਥੇ ਨਹੀਂ ਦੇ ਰਹੇ ਤੇ ਉਹ ਲੁੱਟਣਾ ਹੀ ਹੋ ਗਿਆ ਜੀ ਬਿਲਕੁਲ ਜੀ ਤੇ ਪਹਿਲਾਂ ਕ੍ਰੰਥੀਆਂ 16:1-3 ਲਿਖਿਆ ਹਾਂਜੀ ਆਪਣੇ ਵਿਸ਼ਵਾਸੀ ਭਰਾਵਾਂ ਦੇ ਲਈ ਚੰਦਾ ਇਕੱਠਾ ਕਰ ਸੰਬੰਧੀ ਉਹਨੂੰ ਵੀ ਕੁਝ ਕਰਨਾ ਚਾਹੀਦਾ ਹੈ ਕਿ ਉਹ ਮੈਂ ਗਲਾਤੀਆਂ ਵਿੱਚ ਵਿਸ਼ਵਾਸ ਸੰਗਤਾਂ ਨੂੰ ਕਰਨ ਲਈ ਕਿਹਾ ਹੈ ਹਰ ਐਤਵਾਰ ਨੂੰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਆਮਦਨ ਦੇ ਕੁਝ ਹਿੱਸਾ ਵੱਖਰਾ ਰੱਖ ਲਵੇ ਤਾਂ ਜੋ ਮੇਰੇ ਆਉਣ 'ਤੇ ਤੁਹਾਨੂੰ ਚੰਦਾ ਨਾ ਇਕੱਠਾ ਕਰਨਾ ਪਵੇ ਜਦੋਂ ਮੈਂ ਆਵਾਂਗਾ ਤਾਂ ਤੁਹਾਡੀਆਂ ਚੁਣੀਆਂ ਹੋਈਆਂ ਆਦਮੀਆਂ ਨੂੰ ਆਪਣੇ ਵਿੱਚੋਂ ਇੱਕ ਪੱਤਰ ਦੇ ਕੇ ਯਰੂਸ਼ਲਮ ਘੱਲਾਂਗਾ ਕਿ ਉਹ ਤੁਹਾਡੇ ਚੰਦੇ ਨੂੰ ਉੱਥੇ ਪਹੁੰਚਦਾ ਕਰਨ ਮਰਕਜ਼ ਸੀਗਾ ਜਿਹੜਾ ਇਹਦੀ ਡਿਊਟੀ ਸੀ ਬਰਨਾਬਾਸ ਦਾ ਬੜਾ ਤਲਕੀ ਬੰਦਾ ਸੀ ਇਹ ਹੁਣ ਫਿਰ ਇੱਥੇ ਵੀ ਹੋ ਰਿਹਾ ਪਹਿਲਾਂ ਨਵੇਂ ਪੁਰਾਣੇ ਨੇਮ ਵਿੱਚ ਵੀ ਹੋ ਰਿਹਾ ਸੀਗਾ ਅਤੇ ਜਾ ਰਿਹਾ ਫਿਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸ ਤਰ੍ਹਾਂ ਦੇਖੋ ਨਾ ਇਹ ਖੁਦਾ ਦਾ ਜਿਸ ਤਰ੍ਹਾਂ ਅਸੀਂ ਦੇਖਿਆ ਸੀ ਮੋਜ਼ਜ਼ ਲਾਅ ਅਤੇ ਯਸੂ ਦੇ ਯਸੂ ਨੇ ਕਿਹਾ ਸੀ ਨਾ ਯਾਰ ਤੁਸੀਂ ਸੌਂਫ ਅਤੇ ਜ਼ੀਰੇ ਉੱਤੇ 10% ਦਿੰਦੇ ਹੋ ਜ਼ਰੂਰੀ ਸੀ ਕਿ ਉਹ ਵੀ ਦਿੰਦੇ ਅਤੇ ਆਹ ਵੀ ਦਿਓ ਮਤਲਬ ਕਿੰਨਾ ਇੱਕ ਮੈਸੇਜ ਤੁਸੀਂ ਯੂਟਿਊਬ 'ਤੇ ਹੈ ਤੁਹਾਡਾ 10:10 'ਤੇ ਉਹਦੇ ਵਿੱਚ ਬਹੁਤ ਕਲੀਅਰ ਹੈ ਸੋ ਇਹ ਐਮ ਦਾ ਵੀ ਚਲੇਗਾ ਅਤੇ ਪੈਸਾ ਬਹੁਤ ਹੋਏਗਾ
ਅਤੇ ਕੋਈ ਕਰਪਟ ਕੋਈ ਕੋਈ ਪੋਲੀਟਿਕਸ ਕਰਪਟ ਨਹੀਂ ਹੋਈ ਕਰਪਸ਼ਨ ਨਹੀਂ ਹੋਈ ਹਾਂਜੀ ਉਹਦੀ ਵਜ੍ਹਾ ਕੀ ਹੈ ਕਿ ਮਸੀਹ ਅਤੇ ਉਹਦੇ ਜਿਹੜੇ ਗਲੋਰੀਫਾਈਡ ਜਾਂ ਜਿਹੜੇ ਜਿਹੜੇ ਉਹਦੇ ਯਾਰ ਕੀ ਕਹਿ ਲਓ ਸੰਤ ਨੇ ਠੀਕ ਹੈ ਸੰਤ ਲਫਜ਼ ਠੀਕ ਹੈ ਮੁਕਦਸੀਨ ਉਹ ਹੋਲੀਨੈਸ ਜਾਂ ਪਾਕਿਜ਼ਗੀ 'ਚ ਜਾਂ ਪਵਿੱਤਰਤਾਈ 'ਚ ਸੱਚਾਈ ਦੇ ਵਿੱਚ ਅਤੇ ਧਾਰਮਿਕਤਾ ਦੇ ਵਿੱਚ ਹਕੂਮਤ ਕਰਨਗੇ ਉਹ ਕਰਨਗੇ ਅਤੇ ਉਹ ਉੱਥੇ ਕਿੱਥੇ ਕਰਪਸ਼ਨ ਹੀ ਨਹੀਂ ਹੋਣੀ ਉਹ ਜਦੋਂ ਕਰ ਰਹੇ ਨੇ ਕਰਪਸ਼ਨ ਨਹੀਂ ਹੋਣੀ ਇਹ ਲਿਖ ਲਓ ਯਸਾਇਆ 33 ਦੀ 32 ਦੀ 1-5 ਅੱਛਾ ਟਾਈਮ ਹੋ ਗਿਆ ਸੋ ਇੱਕ ਹਵਾਲਾ ਲਿਖ ਲਓ ਸਰ ਇੱਕ ਹਵਾਲਾ ਉਹ ਯਸਾਇਆ 32 ਦੀ 1-5 ਥੋੜ੍ਹਾ ਅਧੂਰਾ ਰਹਿ ਗਿਆ ਫਿਰ ਸਹੀ ਅੱਗੇ ਕਰ ਹੋ ਗਿਆ ਜੀ ਥੈਂਕ ਯੂ ਪਰਮੇਸ਼ੁਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਬੱਚੇ ਦੇ ਲਈ ਔਰ ਜੋ ਸਾਨੂੰ ਸਿਖਾ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹੋ ਰਹੇਗਾ ਹੋਏਗਾ ਮਿਲੇਨੀਅਮ ਦੇ ਔਰ ਉਸ ਤੋਂ ਬਾਅਦ ਵੀ ਪਰਮੇਸ਼ੁਰ ਪਿਤਾ ਆਸ ਵਚਨ ਦੇ ਲਈ ਸ਼ੁਕਰ ਕਰਦੇ ਹਾਂ ਜੋ ਕੁਛ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ ਪੜ੍ਹਿਆ ਗਿਆ ਸੁਣਿਆ ਗਿਆ ਸਮਝਿਆ ਗਿਆ ਸਾਡੇ ਨਾਲ ਗੱਲਬਾਤ ਕੀਤੀ ਉਹ ਸਾਰਾ ਵਚਨ ਸਾਡੇ ਅੰਦਰ ਵੱਸ ਜਾਏ ਪਰਮੇਸ਼ੁਰ ਪਿਤਾ ਔਰ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦਾ ਢੱਕਦੇ ਹਾਂ ਸੀਲ ਕਰਦੇ ਹਾਂ ਤਾਂ ਕਿ ਦੁਸ਼ਮਣ ਜੋ ਚੋਰੀਆਂ ਕਰਦਾ ਹੈ ਉਹ ਇਸ ਕੀਮਤੀ ਵਚਨ ਨੂੰ ਚੁਰਾ ਨਾ ਸਕੇ ਪਰਮੇਸ਼ੁਰ ਪਿਤਾ ਔਰ ਇਹ ਵਚਨ ਵਧੇ ਫੁੱਲੇ ਬਹੁਤ ਸਾਰਾ ਫਲ ਲੈ ਕੇ ਆਵੇ ਔਰ ਆਪਦੇ ਰਾਜ ਹੋਵੇ ਔਰ ਮਜ਼ਬੂਤੀ ਦੇ ਨਾਲ ਇਹ ਪਰਮੇਸ਼ੁਰ ਪਿਤਾ ਕੰਮ ਕਰੇ ਔਰ ਇਹ ਸਭ ਕੁਛ ਮੰਗਦੇ ਹਾਂ ਆਪਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ।